ਲਓ ਜੀ ਅਸਲਾਮ ਅਲੈਕੁਮ ਜਨਾਬ। ਤਾਂਦਲਾ ਮੰਡੀ ਦਾ ਜਨਾਬ ਅਸੀਂ ਵਿਜ਼ਿਟ ਕਰ ਰਹੇ ਜੇ ਅਤੇ ਮਾਸ਼ਾ ਅੱਲਾਹ ਤੁਹਾਨੂੰ ਜਾਨਵਰ ਦਿਖਾਉਂਦੇ ਹਾਂ ਇਸ ਵੀਡੀਓ ਦੇ ਵਿੱਚ ਔਰ ਨਾਲ ਥੋੜ੍ਹਾ ਜਿਹਾ ਰਿਵਿਊ ਵੀ ਦੇਵਾਂਗੇ ਅਤੇ ਗੱਲਾਂ ਜੇ ਅਗਰ ਨਾ ਤੁਹਾਨੂੰ ਪਸੰਦ ਆਵਣ ਤਾਂ ਤੁਸੀਂ ਦੱਸ ਦਿਆ ਜੇ ਫਿਰ ਅੱਗੇ ਤੋਂ ਜਿਹੜਾ ਮੈਂ ਉਹ ਨਹੀਂ ਬੋਲਾਂਗਾ ਤੁਹਾਨੂੰ ਰੇਟ ਹੀ ਦੇ ਦਿਆਂਗਾ ਅਤੇ ਤੁਸੀਂ ਆਪੇ ਫਿਰ ਵੇਖ ਲਿਆ ਕਰਿਆਗੇ। ਅਤੇ ਲਓ ਜਨਾਬ ਮਾਸ਼ਾ ਅੱਲਾਹ ਅਸਲਾਮ ਅਲੈਕੁਮ ਜੀ। ਬੇਟਾ ਕਿੰਨੇ ਪੈਸੇ ਦਿੰਦੇ? 90,000। 90,000 ਅਸੀਂ ਥੋੜ੍ਹਾ ਜਿਹਾ ਟੋਰੋ ਹਾਂ। ਉਮਰ ਕਿੰਨੀ ਹੋ ਗਈ ਇਹਦੀ? ਉਮਰ 2 ਸਾਲ ਜੀ। 90,000 ਰੁਪਈਆ ਅਤੇ ਇਹ ਤੁਸੀਂ ਦੇਖ ਸਕਦੇ ਜੇ ਜੀ 90,000 ਰੁਪਈਆ ਨੰਬਰ ਅਸੀਂ ਦੇ ਦਿੰਦੇ ਹਾਂ ਜੀ। ਨੰਬਰ ਵੀ ਤੁਸੀਂ ਇਸ ਜਾਨਵਰ ਦਾ ਕੀ ਕਰਨਾ? ਨੰਬਰ ਹੈ ਜੀ, ਆਹ ਨੰਬਰ ਹੈਗਾ ਤੁਹਾਡਾ, ਦੱਸੋ। 0300। ਹਾਂ ਹਾਂ 77 48 187। ਅਤੇ ਲਓ ਜਨਾਬ ਮਾਸ਼ਾ ਅੱਲਾਹ ਅਸੀਂ ਥੋੜ੍ਹਾ ਜਿਹਾ ਟੋਰੋ ਹਾਂ। ਟੁੱਟਦੀ ਨਹੀਂ ਹੈ ਪਿੱਛੋਂ ਜੀ, ਇਹਨੂੰ ਕਮਰੀ ਹੈ ਔਰ ਪਿਛਲੇ ਖੁੱਚਾਂ 'ਚ ਵੀ ਖੁੱਚ ਮਾਰਦੀ ਹੈ। ਅਤੇ ਇਹ ਤੁਸੀਂ ਇਸ ਤਰ੍ਹਾਂ ਦਾ ਜਾਨਵਰ ਤੁਸੀਂ ਨਾ ਲੈ ਲੈ ਜੇ ਹੈ ਵੀ ਕਾਬਲੀ, ਕੰਨਾਂ ਦਾ ਫਰਕ ਤੁਸੀਂ ਵੇਖ ਸਕਦੇ ਜੇ। ਬੇਟਾ ਥੋੜ੍ਹਾ ਜਿਹਾ ਸਾਈਡ 'ਚ, ਕੰਨਾਂ ਦਾ ਫਰਕ ਤੁਸੀਂ ਵੇਖ ਸਕਦੇ ਜੇ, ਕਿੰਨਾ ਕੁ ਵਾਇਆ ਹੈਗਾ ਕੰਨਾਂ ਦੇ ਅੰਦਰ। ਔਰ ਪਿਛਲੇ ਜਿਹੜੇ ਪੈਰ ਨੇ ਉਹ ਵੀ ਬਿਮਾਰ ਹੈਗੇ ਨੇ, ਪੈਰ ਵੱਡੇ ਹੈਗੇ ਨੇ, ਮੋਟੇ ਨੇ। ਅਤੇ ਇਹ ਤੁਸੀਂ ਦੇਖੋਗੇ ਇਹ ਵੀ ਜਾਨਵਰ ਖਲੋਤੇ ਹੋਏ ਨੇ ਤਾਂਦਲਾ ਮੰਡੀ ਦੇ ਵਿੱਚ। ਔਰ ਇਹਨਾਂ ਦੇ ਪਿਛਲੇ ਵੇਖੋਗੇ ਨਾ ਇਹ ਖੁਰ, ਇਹ ਦੇਖੋ, ਇਹ ਦੇਖੋ ਗੱਦੋਂ ਖੁਰ ਨੇ, ਫਿਰ ਮੁੱਠੇ ਬੈਠੇ ਹੋਏ ਨੇ ਇਹ ਜਾਨਵਰ ਦੇ। ਪਿਛਲਾ ਜਿਹੜਾ ਲੱਗ ਕੇ ਉਹ ਵੀ ਮਾਰਿਆ ਹੋਇਆ, ਢੱਕ ਢਾਕ ਜਾਨਵਰ ਦੀ ਦੋਵਾਂ ਦੀ ਸੱਟੀ ਹੋਈ ਹੈ ਉਹਨੇ। ਅਤੇ ਲਓ ਜਨਾਬ ਮਾਸ਼ਾ ਅੱਲਾਹ ਹੋਰ ਤੁਹਾਨੂੰ ਜਾਨਵਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ ਇਹ ਛੋਟੇ ਛੋਟੇ ਵਛੇਰੇ ਵੀ ਮੁੱਠੇ ਦੋਵੇਂ ਬੈਠੇ ਹੋਏ ਜੇ ਇਹ ਜਾਨਵਰ ਦੇ। ਔਰ ਪਿਛਲੇ ਵੀ ਜਿਹੜੇ ਨੇ ਉਹ ਕੋਈ ਹਾਲ ਨਹੀਂ। ਹਾਂ ਬਾਈ ਕਿਤਨੇ ਪੈਸੇ ਇਸਕਾ? 80,000। ਕਿਤਨਾ ਉਮਰ ਹੋ ਗਿਆ? ਠੀਕ ਹੈ। 1,80,000। ਅੱਛਾ 80,000। 80,000 ਰੁਪਏ ਜੀ ਠੀਕ ਹੈ। ਅਤੇ ਲਓ ਜਨਾਬ ਤੁਹਾਨੂੰ ਰਿਵਿਊ ਵੀ ਨਾਲ ਦੇ ਦਿੱਤਾ, ਤਕਰੀਬਨ ਵੀ 35,000, ਬਲਕਿ 35,000 ਵੀ ਜਿਹੜਾ ਹੈਗਾ ਕੋਈ ਇੰਨਾ ਖਾਸ ਨਹੀਂ ਹੈ। ਅਤੇ ਇਹ ਦੇਖੋ ਪਿੱਛੋਂ ਪੈਰ ਵੀ ਤੁਸੀਂ ਦੇਖ ਸਕਦੇ ਜੇ, ਲੰਬਾਈ ਵੀ ਦੇਖ ਸਕਦੇ ਜੇ, ਚੀਜ਼ ਬੰਨਣ ਵਾਲੀ ਨਹੀਂ ਹੈ। ਉਹ ਵੀ ਤੁਹਾਡਾ ਜੀ? ਉਸ ਕਿਆ ਕਿਤਨਾ ਪੈਸਾ? ਅੱਛਾ 1,20,000 ਕਰਤਾ ਠੀਕ ਹੈ। ਰੇੜੇ 'ਚ ਲੱਗਿਆ ਹੋਇਆ? ਲੱਗਿਆ ਠੀਕ ਹੈ। ਲਓ ਜੀ ਰੇੜੇ 'ਚ ਲੱਗਿਆ ਹੋਇਆ ਜੀ, 1,20,000 ਕਰਦੇ ਨੇ ਜਨਾਬ। ਅਤੇ ਨੰਬਰ ਦੱਸੋ ਖਾਨ ਬਾਈ। 0331 0331 800 847। ਹਾਂ 57। ਹਾਂ ਉਹ ਘੋੜਾ ਕਿਸ ਕਾ? ਇੱਧਰ ਆਓ ਫਿਰ। ਲਓ ਜਨਾਬ ਇੱਕ ਹੋਰ ਘੋੜਾ ਜੀ। ਲਓ ਜੀ ਬਛੇਰਾ, ਔਰ ਇਹ ਬਛੇਰੇ। ਇਸਕਾ ਕਿਤਨਾ ਉਮਰ ਹੋ ਗਿਆ ਖਾਨ ਬਾਈ? ਅਭੀ ਹੁਣ 5 ਲੱਗੇਗਾ ਠੀਕ ਹੈ। ਅਤੇ ਜਨਾਬ ਇਹਦੀ ਪੈਸੇ ਕਿੰਨੇ ਜੇ? 1.5 ਲੱਖ ਰੁਪਈਆ। 1,50,000। ਇਸਕਾ ਹਾਈਟ ਕਿਤਨਾ ਹੈ? 55 ਹੋਗਾ, ਸਹੀ ਹੈ, 55 ਹਾਈਟ ਹੈ ਜੀ। ਅਤੇ 1.5 ਲੱਖ ਰੁਪਏ ਜਿਹਨਾਂ ਡਿਮਾਂਡ ਕਰਦੇ ਪਏ ਨੇ। ਅਤੇ ਨੰਬਰ ਆਪਣਾ ਦੱਸ ਦਿਓ ਜੀ। 0331 0331 800 847 57 57। ਬਹੁਤ ਮਿਹਰਬਾਨੀ, ਇਹੀ ਘੋੜਾ ਆਖਰੀ ਹੈ? ਲਓ ਜਨਾਬ ਮਾਸ਼ਾ ਅੱਲਾਹ ਆਖਰੀ ਘੋੜਾ, ਔਰ ਆਖਰੀ ਘੋੜਾ ਤੁਸੀਂ ਦੇਖੋ, ਮੈਂ ਇਹਦਾ ਰਿਵਿਊ ਤੁਹਾਨੂੰ ਮੈਂ ਦੇਣਾ ਕਿ ਉਹਦਾ ਨਖਰਾ ਨੁਖਰਾ ਆਪਣੀ ਜਗ੍ਹਾ ਦੇ ਉੱਤੇ, ਕੰਨ ਕਨੌਤੀਆਂ ਆਪਣੀ ਜਗ੍ਹਾ ਦੇ ਉੱਤੇ, ਲੇਕਿਨ ਹਾਈਟ ਬਹੁਤ ਘੱਟ ਹੈ। 55 ਹਾਈਟ ਹੈਗੀ ਹੈ ਇਹਨੇ, ਇਸ ਤੋਂ ਅੱਗੇ ਇਹਦੀ ਹਾਈਟ ਨਹੀਂ ਹੋਣੀ, ਇੰਨੀ ਕੀ ਹਾਈਟ ਹੀ ਹੋਣੀ ਹੈ। ਔਰ ਪਿਛਲੇ ਜਿਹੜੇ ਹੈਗੇ ਨੇ ਉਹ ਪਿਛਲੀਆਂ ਗਾਮਚੀਆਂ ਜਿਹੜੀਆਂ ਨੇ, ਔਰ ਅਗਲੀਆਂ ਗਾਮਚੀਆਂ ਤੁਸੀਂ ਵੇਖੋ, ਅਗਲੀਆਂ ਗਾਮਚੀਆਂ ਖੁਰ ਦੇ ਉਤਲੀ ਜਿਹੜੀ ਜਗ੍ਹਾ, ਇਹ ਦੇਖੋ ਹੁਣ ਇਹ ਖੁਰ, ਇਹ ਖੁਰ ਤੋਂ ਇਹ ਜਿਹੜੀ ਉਤਲੀ ਇਹ ਸਾਹਨ ਵਾਲੀ ਜਗ੍ਹਾ, ਇਹਨੂੰ ਕਹਿੰਦੇ ਨੇ ਗਾਮਚੀ। ਇਹ ਗਾਮਚੀ ਦੀ ਜਿਹੜੀ ਲਚਕ ਹੈ ਉਹ ਬਹੁਤ ਜ਼ਿਆਦਾ, ਜਿਵੇਂ ਆਪਾਂ ਕਹਿੰਦੇ ਹਾਂ ਕਿ ਇਹਦੇ ਮੁੱਠੇ ਜਿਹੜੇ ਨੇ ਉਹ ਬੈਠੇ ਹੋਏ ਨੇ।
ਤੁਸੀਂ ਦੇਖੋਗੇ ਕਿ ਦੋਵੇਂ ਜਿਹੜੀਆਂ ਗਾਮਚੀਆਂ ਦਾ ਦਰਮਿਆਨੀ ਗਾਮਚੀ ਦਾ ਜਿਹੜਾ ਵਾਇਆ ਹੈਗਾ ਉਹ ਜ਼ਿਆਦਾ। ਅਗਰ ਜਦੋਂ ਇਹ ਚੱਲੇਗਾ ਤਾਂ ਇਹਦੀ ਗਾਮਚੀ ਜ਼ਿਆਦਾ ਲਚਕ ਵਾਲੀ ਹੋ ਜਾਏਗੀ, ਇਹ ਮੁੱਠੇ ਬੈਠ ਜਾਣ ਕਹਿੰਦੇ। ਪਿਛਲੇ ਵੀ ਤੁਸੀਂ ਵੇਖੋਗੇ ਨਾ ਤਾਂ ਪਿਛਲੇ ਵੀ ਇਹਦੇ ਗਾਮਚੀਆਂ ਦਾ ਵਾਇਆ ਜ਼ਿਆਦਾ, ਜਿਹਦੀ ਵਜ੍ਹਾ ਨਾਲ ਮੁੱਠੇ ਇਹਦੇ ਜਿਹੜੇ ਨੇ ਉਹ ਬੈਠੇ ਹੋਏ। ਤਾਂ ਸਫ਼ਰ ਮੈਂ ਕਰਾਂਗਾ ਅਤੇ ਇਹਦੇ ਪੈਰਾਂ ਵੱਲੋਂ ਵੀ ਕੋਈ ਐਡਾ ਕੋ ਜਾਨਵਰ ਉਹ ਮਜ਼ੇਦਾਰ ਨਹੀਂ ਹੈਗਾ। ਅਤੇ ਜਨਾਬ 1.5 ਲੱਖ ਰੁਪਇਆ ਮੰਗਦਾ ਪਿਆ ਤਕਰੀਬਨ ਵੀ ਬਹੁਤ ਵੀ ਇਹ ਜਾਨਵਰ ਕਰੇ 70-75-80 ਤੀਕਰ ਇਹ ਜਾਨਵਰ ਲੈ ਸਕਦਾ। ਲੇਕਿਨ ਸਾਰੀਆਂ ਖਾਮੀਆਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ। ਅਗਰ ਫਿਰ ਵੀ ਕੋਈ ਲੈਣਾ ਚਾਹੇ ਤਾਂ ਇਸ ਨਾਲੋਂ ਜ਼ਿਆਦਾ ਨਹੀਂ ਹੈ। ਹੋਰ ਹੋ ਸਕਦਾ ਵੀ ਇਹ ਪਠਾਨ ਜਿਹੜੇ ਨੇ ਇੰਨੇ ਦਾ ਲਿਆ ਹੋਵੇ ਅਤੇ ਪਿਸ਼ਾਵਰ ਮੰਡੀ ਜਾ ਕੇ ਇਹਨੂੰ ਸੇਲ ਆਊਟ ਕਰਨਗੇ। ਅਤੇ ਲਓ ਜਨਾਬ, ਮਾਸ਼ਾਅੱਲਾ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ, ਸਾਡੇ ਚੈਨਲ ਨੂੰ ਵੀ ਜਨਾਬ ਤੁਸੀਂ ਸਬਸਕ੍ਰਾਈਬ ਕਰਿਆ ਜੇ। ਇਨਸ਼ਾਅੱਲਾ ਤਾਲਾ ਨਵੀਂ ਵੀਡੀਓ ਦੇ ਵਿੱਚ ਮੁਲਾਕਾਤ ਹੋਵੇਗੀ ਤੁਹਾਡੇ ਨਾਲ। ਅੱਲਾ ਹਾਫਿਜ਼, ਫੀ ਮਾਨੁਲਾ ਜੀ।